ਮੇਰਾ ਨਾਮ ਬਿਕਰਮਜੀਤ ਸਿੰਘ ਸੈਣੀ ਹੈ ਜੀ। ਮੈਂ ਪੰਜਾਬ ਇੰਪਲਾਈਜ਼ ਐਸੋਸੀਏਸ਼ਨ 108 ਦਾ ਚੇਅਰਮੈਨ ਤੇ ਜੀਵਨ ਰਕਸ਼ਕ ਭਾਰਤੀ ਐਂਬੂਲੈਂਸ ਕਰਮਚਾਰੀ ਫੈਡਰੇਸ਼ਨ ਨਿਊ ਦਿੱਲੀ ਇੰਡੀਆ ਦਾ ਪ੍ਰੈਜ਼ੀਡੈਂਟ ਹੈ ਜੀ। 108-102-1046 ਐਂਬੂਲੈਂਸ ਦਾ ਸਰ, ਸਾਡੇ ਜਿਹੜੇ ਇਸ਼ੂ ਹੈਗੇ ਆ 3-4 ਸਾਲ ਪੁਰਾਣੇ ਇਸ਼ੂ ਆ ਸਾਡੇ, ਜਿਨ੍ਹਾਂ ਉਤੇ ਨਾ ਤਾਂ ਗੌਰਮੈਂਟ ਨਾ ਐਮਡੀ ਆਫਿਸ ਔਰ ਨਾ ਹੀ ਕੋਈ ਕੰਪਨੀ ਗੌਰ ਕਰ ਰਹੀ ਆ। ਇੱਕ ਤਾਂ ਸਾਡੀਆਂ ਸੈਲਰੀਆਂ ਹੈਗੀਆਂ ਆ ਉਹ ਟਾਈਮ ਤੇ ਨਹੀਂ ਆਉਂਦੀਆਂ, ਜੋ ਕਿ ਬਹੁਤ ਘੱਟ ਆ। ਸਾਡੇ ਤੋਂ ਡਿਊਟੀ 12 ਘੰਟੇ ਲਈ ਜਾਂਦੀ ਆ, ਸੈਲਰੀ 8 ਘੰਟੇ ਹੀ ਦਿੱਤੀ ਜਾਂਦੀ ਆ। ਇੱਕ ਸਾਡਾ ਪਿਛਲੇ 4 ਸਾਲਾਂ ਤੋਂ, ਪਹਿਲੇ 2 ਸਾਲ ਇਹਨਾਂ ਨੇ ਇੰਕਰੀਮੈਂਟ ਲਾ ਕੇ ਦਿੱਤਾ, ਉਸ ਤੋਂ ਬਾਅਦ 4 ਸਾਲਾਂ ਤੋਂ ਸਾਡਾ ਇੰਕਰੀਮੈਂਟ ਜਿਹੜਾ ਉਹ ਬੰਦ ਕੀਤਾ ਹੋਇਆ, ਉਹ ਸਾਨੂੰ ਦਿੱਤਾ ਜਾਵੇ। ਇੱਕ ਸਾਡੇ ਐਂਬੂਲੈਂਸ ਦੇ ਵਿੱਚ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਜੋ ਕਿ ਮਰੀਜ਼ ਨੂੰ ਦੇਖਭਾਲ ਦਾ ਕੰਮ ਕਰਦੇ ਆ, ਉਹਨਾਂ ਦੀ ਉਹ ਪੋਸਟ ਖਤਮ ਕਰਕੇ ਇਹਨਾਂ ਨੇ ਉਹਨਾਂ ਨੂੰ ਐਂਬੂਲੈਂਸ ਮੈਨੇਜਰ ਬਣਾ ਦਿੱਤਾ। ਸਾਡੀ ਡਿਮਾਂਡ ਸੀ ਕਿ ਉਹਨਾਂ ਨੂੰ ਦੁਬਾਰਾ EMT ਬਣਾਇਆ ਜਾਵੇ। ਉਸ ਤੋਂ ਬਾਅਦ ਜਿਹੜਾ ਸਾਡੇ ਇੰਪਲਾਈਜ਼ ਹੈਗੇ ਆ ਉਹ ਆਪਣੇ ਘਰ ਤੋਂ 150 ਤੋਂ ਲੈ ਕੇ 250 ਕਿਲੋਮੀਟਰ ਦੀ ਦੂਰੀ ਤੇ ਡਿਊਟੀ ਕਰ ਰਹੇ ਆ 8000 ਤਨਖਾਹ ਵਿਚ। MD ਸਾਹਿਬ ਨੇ 18 ਮਈ ਨੂੰ ਮੀਟਿੰਗ ਸੱਦੀ ਸੀ, ਉਹਦੇ ਵਿਚ ਉਹਨਾਂ ਨੇ ਆਰਡਰ ਕੀਤੇ ਸੀ ਕਿ ਇਹਨਾਂ ਨੂੰ ਘਰ ਦੇ 30 ਕਿਲੋਮੀਟਰ ਦੇ ਘੇਰੇ ਵਿਚ ਕੀਤਾ ਜਾਵੇ, ਜੋ ਕਿ ਹਜੇ ਤੱਕ ਉੱਥੇ ਵੀ 2 ਮਹੀਨਿਆਂ ਵਿਚ ਕੋਈ ਕਾਰਵਾਈ ਨਹੀਂ ਕੀਤੀ। ਇਹ ਸਾਰੀਆਂ ਮੰਗਾਂ ਜਿਹੜੀਆਂ ਸਾਡੀਆਂ ਨਹੀਂ ਮੰਨੀਆਂ ਗਈਆਂ, ਇਸ ਕਰਕੇ ਅੱਜ ਅਸੀਂ ਦੁਬਾਰਾ 12 ਘੰਟਿਆਂ ਦੀ ਸਟ੍ਰਾਈਕ ਕਰ ਰਹੇ ਹਾਂ। ਜੇ ਹੁਣ ਵੀ ਇਹ 12 ਘੰਟੇ ਦੀ ਸਟ੍ਰਾਈਕ ਤੋਂ ਬਾਅਦ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਅਣਮਿੱਥੇ ਸਮੇਂ ਲਈ 108 ਸੇਵਾ ਜਿਹੜੀ ਪੰਜਾਬ ਵਿਚ ਬੰਦ ਕਰ ਦਿੱਤੀ ਜਾਵੇਗੀ। ਤੇ ਅਗਰ ਉਸਦੇ 3 ਦਿਨ ਦਾ ਅਲਟੀਮੇਟਮ ਦਿੱਤਾ ਜਾਏਗਾ ਸੈਂਟਰ ਗੌਰਮੈਂਟ ਨੂੰ ਵੀ ਔਰ ਸਟੇਟ ਗੌਰਮੈਂਟ ਨੂੰ ਵੀ, ਨਹੀਂ ਤਾਂ ਪੂਰਾ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਇਹ ਵੀ ਤੁਹਾਡੇ ਮਾਧਿਅਮ ਨਾਲ ਐਲਾਨ ਕਰਨਾ ਚਾਹੁੰਦਾ ਕਿ ਪੂਰਾ ਨਾਰਥ ਇੰਡੀਆ ਜਿਹੜਾ 108-102 ਸੇਵਾ ਜਿਹੜੀ ਹੈਗੀ ਆ ਉਹ ਸਦਾ ਲਈ ਜਿਹੜੀ ਹੈਗੀ ਆ ਉਹ ਬੰਦ ਕਰ ਦਿੱਤੀ ਜਾਏਗੀ ਜਦ ਤੱਕ ਇਹ ਮੰਗਾਂ ਨਹੀਂ ਮੰਨਦੇ। ਹਾਂਜੀ, ਮੈਂ 108 ਯੂਨੀਅਨ ਤੋਂ ਪੰਜਾਬ ਸੈਕਟਰੀ ਰਾਮ ਸਿੰਘ ਗੱਲ ਕਰ ਰਿਹਾ ਤੇ ਸਟੇਟ ਕਮੇਟੀ ਤੋਂ ਮੁੱਖ ਸਲਾਹਕਾਰ ਗੱਲ ਕਰ ਰਿਹਾ ਜੀ। ਜਿਹੜਾ ਅੱਜ ਪੰਜਾਬ ਦੇ ਵਿੱਚ 240 ਐਂਬੂਲੈਂਸਾਂ ਦਾ ਜਿਹੜਾ ਚੱਕਾ ਜਾਮ ਕੀਤਾ ਗਿਆ, ਇਹ ਜਿਹੜੀ ZHL ਕੰਪਨੀ ਆ ਇਹ ਜੀ ਮੁੰਡਿਆਂ ਦੇ ਨਾਲ ਕਾਫੀ ਸਮੇਂ ਤੋਂ ਮਤਲਬ ਜਾਤੀਆਂ ਕਰ ਰਹੀ ਆ, ਮੰਗਾਂ ਨਹੀਂ ਮੰਨ ਰਹੀ। ਸੋ ਜਿਹੜੀ ਪਹਿਲੀ ਗੱਲ ਆ, ਅੱਜ ਜਿਹੜੀਆਂ 240 ਐਂਬੂਲੈਂਸਾਂ ਬੰਦ ਕਰੀਆਂ ਗਈਆਂ ਪੂਰੇ ਪੰਜਾਬ ਦੇ ਵਿੱਚ, ਸਿਰਫ ਅਸੀਂ ਕੱਲੇ ਡਿਸਟ੍ਰਿਕਟ ਮੁਕਤਸਰ ਸਾਹਿਬ ਤੋਂ ਮਲੋਟ ਏਰੀਆ ਜਿੱਥੇ ਅੱਜ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਆ ਰਹੇ ਆ, ਉਹਨਾਂ ਨੂੰ ਅਸੀਂ ਜਿਹੜੀਆਂ 4-5 ਐਂਬੂਲੈਂਸਾਂ ਦਿੱਤੀਆਂ ਹੋਈਆਂ ਉਹਨਾਂ ਦੇ ਸਨਮਾਨ ਨੂੰ ਮੁੱਖ ਰੱਖਦਿਆਂ ਹੋਇਆਂ। ਦੂਸਰਾ, ਜਿਹੜੇ ਪੰਜਾਬ ਦੇ ਆਪਣੇ ਮੁੱਖ ਮੰਤਰੀ ਆ ਕੈਪਟਨ ਅਮਰਿੰਦਰ ਸਿੰਘ ਦੀ, ਉਹਨਾਂ ਦੀ ਅਸੀਂ ਇੱਜ਼ਤ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਅਸੀਂ ਜਿਹੜੀਆਂ ਉੱਥੇ 4 ਐਂਬੂਲੈਂਸਾਂ ਦਿੱਤੀਆਂ ਗਈਆਂ। ਜੇਕਰ ਅੱਜ ਪ੍ਰਧਾਨ ਮੰਤਰੀ ਆਪਣੇ ਨਰਿੰਦਰ ਮੋਦੀ ਜੀ ਨਾ ਆਉਣੇ ਹੁੰਦੇ ਤਾਂ ਜਿਹੜੀਆਂ ਉਹ ਐਂਬੂਲੈਂਸਾਂ ਵੀ ਅਸੀਂ ਬੰਦ ਕਰਨੀਆਂ ਸੀ। ਸੋ ਇਸ ਕਰਕੇ ਅਸੀਂ ਉਹਨਾਂ ਦੀ ਇੱਜ਼ਤ ਮਾਣ ਸਨਮਾਨ ਨੂੰ ਮੁੱਖ ਰੱਖਦੇ ਹੋਏ ਜਿਹੜੀਆਂ ਉਹ 4-5 ਐਂਬੂਲੈਂਸਾਂ ਚਾਲੂ ਕਰੀਆਂ ਹੋਈਆਂ, ਬਾਕੀ ਪੂਰੇ ਪੰਜਾਬ ਦੀਆਂ ਜਿਹੜੀਆਂ 235-236 ਐਂਬੂਲੈਂਸਾਂ ਬੰਦੀਆਂ ਉਹ ਸਾਰੀਆਂ ਬੰਦ ਆ। ਉਹ ਇਸ ਕਰਕੇ ਬੰਦ ਆ ਕਿਉਂਕਿ ਜਿਹੜੀ ਕੰਪਨੀ ਆ ਮੁੰਡਿਆਂ ਦੇ ਨਾਲ 7-8 ਸਾਲ ਤੋਂ ਸ਼ੋਸ਼ਣ ਕਰ ਰਹੀ ਹੈ, ਧੱਕਾ ਕਰ ਰਹੀ ਆ। ਕਿਉਂਕਿ 3-4 ਮਹੀਨਿਆਂ ਤੋਂ ਅਸੀਂ ਜਿਹੜੇ ਆਪਣੇ MD ਸਾਹਿਬ ਮਨੋਰੰਜਨ ਜੀ ਆ ਉਹਨਾਂ ਨਾਲ ਵੀ ਮੀਟਿੰਗਾਂ ਕਰੀਆਂ, ਪਰ ਉਹਨਾਂ ਦੀ ਸਿੱਧੇ ਤੌਰ ਤੇ ਕੰਪਨੀ ਦੇ ਨਾਲ ਇਨਵੋਲਵਮੈਂਟ ਕਰੀ ਹੋਈ ਆ। ਸੋ ਇਸ ਕਰਕੇ ਉਹਨਾਂ ਨੂੰ ਵੀ ਸਾਨੂੰ ਲਾਰਿਆਂ ਤੋਂ ਬਿਨਾਂ ਕੋਈ ਜਵਾਬ ਨਹੀਂ ਦਿੱਤਾ, ਜਿਸ ਕਰਕੇ ਇਹ ਅੱਜ ਸਾਨੂੰ ਸਖ਼ਤ ਐਕਸ਼ਨ ਲੈਣਾ ਪਿਆ, ਜਿਹੜੀਆਂ ਗੱਡੀਆਂ ਬੰਦ ਕਰਨੀਆਂ ਪਈਆਂ। ਸੋ ਜੇਕਰ ਅੱਜ 12 ਘੰਟੇ ਦੀ ਸਟ੍ਰਾਈਕ ਆ, ਜੇਕਰ ਅੱਜ ਕੋਈ ਫੈਸਲਾ ਸਰਕਾਰ ਜਾਂ ਕੰਪਨੀ ਮੁੰਡਿਆਂ ਦੇ ਹੱਕ 'ਚ ਨਹੀਂ ਕਰਦੀ ਤਾਂ ਇਸ ਤੋਂ ਬਾਅਦ ਜਿਹੜੀ ਲਗਾਤਾਰ ਐਂਬੂਲੈਂਸ ਸੇਵਾ ਠੱਪ ਕਰੀ ਜਾਊਗੀ। ਪਰ ਇਹ ਕੰਮ ਮੁੰਡਿਆਂ ਨੂੰ ਤਾਂ ਕਰਨਾ ਪਿਆ ਕਿਉਂਕਿ ਕੰਪਨੀ ਜਿਹੜੀ ਆ ਕੋਈ ਗੱਲਬਾਤ ਨਹੀਂ ਸੁਣ ਰਹੀ, ਪਰ ਸਾਡੀ ਯੂਨੀਅਨ ਦੀ ਮਜਬੂਰੀ ਬਣ ਗਈ ਆ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਐਕਸੀਡੈਂਟ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬਿਮਾਰ ਹੁੰਦੇ ਆ ਉਹ ਸਾਡੇ ਭੈਣ ਭਾਈ ਆ, ਪਰ ਜਦੋਂ ਸਾਡੇ ਪਰਿਵਾਰਾਂ ਨਾਲ ਸਾਡੀਆਂ ਜ਼ਿੰਦਗੀਆਂ ਨਾਲ ਮੁੰਡਿਆਂ ਨੇ ਆਪਦੀ ਜ਼ਿੰਦਗੀ ਦੇ 7-8 ਸਾਲ ਇਸ ਕੰਪਨੀ ਦੇ ਲੇਖੇ ਲਾਤੇ ਆ, ਪਰ ਉਹਨਾਂ ਦੀ ਜਿਹੜੀ ਲਾਈਫ ਤੇ ਕੋਈ ਗੌਰ ਨਹੀਂ ਕੀਤੀ ਜਾਂਦੀ, ਜਦਕਿ ਉਹਨਾਂ ਦੀਆਂ ਜਿਹੜੀਆਂ ਬਦਲੀਆਂ
MD ਸਾਹਿਬ ਨੇ 30 ਕਿਲੋਮੀਟਰ ਦਾ ਕਿਹਾ ਸੀ, ਇਹ ਡੇਢ ਡੇਢ 200 ਕਿਲੋਮੀਟਰ ਤੇ ਕਰਨ ਲੱਗ ਗਏ ਆ। ਠੀਕ ਆ ਜੀ, ਸੇਵਾਵਾਂ ਬੰਦ ਕਰਨ ਹੋਣ ਨਾਲ ਜੇ ਕਿਸੇ ਵੀ ਮਰੀਜ਼ ਨੂੰ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਊਗਾ, ਉਹਦੇ ਲਈ ਜ਼ਿੰਮੇਵਾਰ ਕੌਣ? ਉਹਦੇ ਵਿੱਚ ਜ਼ਿੰਮੇਵਾਰ ਇੱਕ ਤਾਂ ZHL ਕੰਪਨੀ ਆ, ਜਿਹਦੇ ਪੰਜਾਬ ਦੇ ਪ੍ਰੋਜੈਕਟ ਹੈੱਡ ਸੁਕੇਤ ਮੁਖਰਜੀ ਆ ਉਹ ਹੋਣਗੇ, ਤੇ ਨਾਲ ਹੀ ਜਿਹੜੇ CEO ਨਰੇਸ਼ ਜੈਨ ਬੰਬੇ ਤੋਂ ਆ ਉਹ ਹੋਣਗੇ, ਤੇ ਨਾਲ ਆਪਣੇ MD ਸਾਹਿਬ ਮਨੋਰੰਜਮ ਜੀ ਆ। ਇਹ ਤਿੰਨਾਂ ਬੰਦਿਆਂ ਦੀ ਜਿੰਨੀਆਂ ਵੀ ਜਾਨਾਂ ਜਾਣਗੀਆਂ ਸਿੱਧੇ ਤੌਰ ਤੇ ਜ਼ਿੰਮੇਵਾਰੀ ਇਹਨਾਂ ਦੀ ਹੋਊਗੀ। ਪੰਜਾਬ ਦਾ MD ਮਨੋਰੰਜਮ ਮੁਰਦਾਬਾਦ, ਪੰਜਾਬ ਦਾ MD ਮਨੋਰੰਜਮ ਮੁਰਦਾਬਾਦ। ਆਪਣੀ ਕਰਜ਼ੀ ਕੀ ਤੇਰਾ ਬੇੜੀ 420, 108 ਪੰਜਾਬ ਯੂਨੀਅਨ ਜਿੰਦਾਬਾਦ, ਜਿੰਦਾਬਾਦ ਯੂਨੀਅਨ ਜਿੰਦਾਬਾਦ, ਜਿੰਦਾਬਾਦ 108 ਯੂਨੀਅਨ ਜਿੰਦਾਬਾਦ, ਚਿਕਿਤਸਾ ਕੰਪਨੀ ਮੁਰਦਾਬਾਦ, ਚਿਕਿਤਸਾ ਕੰਪਨੀ 108 ਯੂਨੀਅਨ ਜਿੰਦਾਬਾਦ, ਮੁਖਰਜੀ ਹਾਏ 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 ਮੁਖਰਜੀ ਹਾਏ।